ਹਰਸ਼ ਮੇਰੇ ਨਾਲ ਲੜ ਕੇ ਭੱਜ ਗਿਆ ਵਾ ਤੇ ਰੋਟੀ ਭਾਬੀ ਨੇ ਪਹਿਲਾਂ ਦੱਸਤਾ ਸੀਗਾ ਕਿ ਇਹ ਸਕ੍ਰਿਪਟ ਸਾਰਾ। ਹਾਂਜੀ ਕੋਮਲ ਜੀ, ਮੈਂ ਸੁਣਿਆ ਤੁਹਾਡੇ ਗਾਲਾਂ ਗੁਲਾਂ ਪੈ ਰਹੀਆਂ ਵਾ। ਹਾਂਜੀ ਵੈਲਕਮ ਬੈਕ ਗਾਇਜ਼, ਕੀ ਹਾਲ ਚਾਲ ਆ ਸਾਰਿਆਂ ਦੇ, ਹੋਪ ਕਰਨਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ। ਅਤੇ ਅੱਜ ਹੁਣ ਆਪਾਂ ਚੱਲੇ ਹਾਂ, ਹਰਸ਼ ਆ ਗਿਆ ਬਸ ਗੱਡੀ ਧਮਾਉਣ ਚੱਲੇ ਹਾਂ, ਅਤੇ ਬੈਠ ਕੇ ਘੈਂਟ ਘੈਂਟ ਗੱਲਾਂ ਬਾਤਾਂ ਕਰਾਂਗੇ। ਹਰਸ਼ ਮੈਨੂੰ ਕਹਿ ਰਿਹਾ ਸੀਗਾ ਰੋਟੀ ਖਾ ਕੇ ਮੈਨੂੰ ਮੈਸੇਜ ਕਰਦੀ ਫਿਰ ਮੈਂ ਆਜੂੰਗਾ, ਅਤੇ ਹੁਣ ਮੈਨੂੰ ਪਤਾ ਲੱਗਾ ਬਾਹਰ ਹੀ ਖੜਾ ਕਾਫੀ ਟਾਈਮ ਦਾ। ਹੁਣ ਚੱਲਦੇ ਹਾਂ ਆਪਾਂ ਗੱਡੀ ਧਮਾਉਣ, ਅਤੇ ਉੱਥੇ ਜਾ ਕੇ ਮਿਲਦੇ ਹਾਂ। ਤੇਰਾ ਦਿਲ ਕਿਵੇਂ ਕਰ ਗਿਆ ਗੱਡੀ ਧਮਾਉਣ ਦਾ? ਮੈਂ ਉਹ ਸੋਚ ਰਿਹਾ ਵਾ, ਬੈਠਾ ਮੈਂ ਕਾਫੀ ਟਾਈਮ ਦਾ ਬੈਠਾ ਸੀਗਾ ਹਨਾ, ਨੋਟੀਫਿਕੇਸ਼ਨ ਆ ਰਹੀਆਂ ਉਹ ਦੇ ਲਓ ਬਈ, ਜਹਾਜ਼ਾਂ ਦੀਆਂ ਬਟ ਕੇ ਜਾਣ ਦੀ ਤਿਆਰੀ ਲਾ ਰਹੀ ਆ ਬਾਬਾ। ਇਹ ਵੀ ਉਹੀ ਆ ਤੁਹਾਡੇ ਲਈ ਸਰਪ੍ਰਾਈਜ਼, ਆਪਾਂ ਕਿਤੇ ਨਾ ਕਿਤੇ ਜਾਵਾਂਗੇ ਜਲਦੀ ਜਲਦੀ। ਹੁਣ ਮੈਨੂੰ ਨਹੀਂ ਦੱਸ ਰਿਹਾ, ਤੂੰ ਵੀ ਸਰਪ੍ਰਾਈਜ਼ ਰੱਖਿਆ, ਮੈਂ ਵੀ ਸਰਪ੍ਰਾਈਜ਼ ਰੱਖੂੰਗਾ ਬਈ, ਪਹਿਲਾਂ ਹੀ ਨਾ ਨਾ ਪਤਾ ਲੱਗ ਜੇ ਇਹ ਸਰਪ੍ਰਾਈਜ਼ ਹੀ ਆ ਬਾਈ। ਤੂੰ ਮੈਂ ਇਹ ਚੀਜ਼ ਦੱਸ, ਤੇਰਾ ਦਿਲ ਕਿਵੇਂ ਕਰ ਗਿਆ ਗੱਡੀ ਧਮਾਉਣ ਦਾ? ਦੇਖੋ ਬਾਈ ਗੱਡੀ ਵਿਚਾਰੀ ਕਿੰਨੇ ਦਿਨਾਂ ਬਾਅਦ ਅੱਜ ਧਵਾਈ ਜਾ ਰਹੀ ਆ। ਚੱਕਰ ਪਤਾ ਕੀ ਆ, ਮੈਂ ਸੋਚਿਆ ਯਾਰ ਮੇਰੇ ਬੂਟਰ ਭਰਾ ਬਹੁਤ ਦਿਨਾਂ ਬਾਅਦ ਮੈਨੂੰ ਮਿਲਿਆ, ਹਾਂ ਤੇ ਗੰਦੀ ਗੱਡੀ ਜਿਹਨੂੰ ਮੈਂ ਭਾਉਂਦਾ ਚੰਗਾ ਨਹੀਂ ਲੱਗਦਾ, ਤਾਂ ਕਰਕੇ ਮੈਂ ਕਿਹਾ ਪਹਿਲਾਂ ਬੂਟਰ ਨੂੰ ਭਾ ਕੇ ਸਿੱਧਾ ਗੱਡੀ ਡੈਗਲ ਨੂੰ ਖਿੱਚ ਦੀ। ਨਹੀਂ ਬੈਠਾ ਤਾਂ ਹੈ ਮੈਂ ਨਾ ਫਿਰ, ਤੂੰ ਤਾਂ ਨਹੀਂ ਹੁਣ ਤੂੰ ਚੰਗੀ ਸੋਹਣੀ ਗੱਡੀ 'ਚ ਬੈਠੇਗਾ ਯਾਰ। ਅੱਛਾ ਇਹ ਵੀ ਆ, ਇਹ ਤਾਂ ਹੈ ਬਾਈ ਫਿਰ, ਤੇ ਰਿਸਪੈਕਟ ਹੁੰਦੀ ਆ ਵੱਡੇ ਭਰਾ ਲਈ। ਸਹੀ ਗੱਲ ਆ ਬਾਈ, ਇਹ ਤਾਂ ਹੈ ਪਿਆਰ ਆ ਨਾ, ਪਿਆਰ ਫਿਰ ਐਂ ਬਰਕਰਾਰ ਰਹਿਣਾ ਚਾਹੀਦਾ ਵਾ। ਮਿੱਟੀ 'ਚ ਭਾਉਂਗਾ ਪਰ ਮਿੱਟੀ ਬਾਹਲੀ, ਮੈਂ ਬਹਿ ਜਾਊਂਗਾ ਬਾਈ, ਮੈਂ ਉੱਥੇ ਤੋਂ ਛੋਟਾ ਵਾ, ਮੈਂ ਬਹਿ ਸਕਦਾ, ਮੈਂ ਤੈਨੂੰ ਨਹੀਂ ਬਹਿਣ ਦਿੰਦਾ ਯਾਰ। ਹੁਣ ਮੈਂ ਧਵਾਉਂਦੇ ਆਪਾਂ, ਮੈਂ ਹੀ ਲੈ ਕੇ ਆਇਆ ਗੱਡੀ ਬਾਈ ਇੱਥੇ। ਇਹ ਵੀ ਗੱਲ ਸਹੀ ਆ ਬਾਈ, ਕਿ ਇਹਨੂੰ ਡਿੱਗ ਦਾ ਪਤਾ ਸੀ ਕਿੱਥੇ ਯਾਰ ਵਾ। ਡੈਕ 3-4 ਤੇ ਗੇੜਾ ਕੱਢ ਲਿਆ, ਸਾਰੇ ਹੀ ਭਰੇ ਹੋਏ ਸੀਗੇ, ਪਤਾ ਨਹੀਂ ਅੱਜ ਛੁੱਟੀ ਸੀਗੀ ਤਾਂ ਕਰਕੇ ਸਾਰੇ ਗੱਡੀ ਗੁੱਡੀ ਧਵਾਉਣ ਆਏ ਹੋਏ ਸੀਗੇ ਮੇਰੇ ਹਿਸਾਬ ਨਾਲ, ਪਤਾ ਨਹੀਂ ਬਾਈ। ਹੁਣ ਗੱਡੀ ਗੁੱਡੀ ਧਵਾ ਕੇ ਚੱਲਦੇ ਹਾਂ ਬਾਈ ਜੀ। ਆਪਾਂ ਨੂੰ ਮਿਲਣ ਆਏ ਸੀ, ਕਿੱਥੋਂ ਆਏ ਸੀ ਬਾਈ ਜੀ? ਖੰਨੇ ਤੋਂ ਜੀ। ਅੱਛਾ ਜੀ, ਬਾਈ ਦੀ ਇੰਟਰਵਿਊ ਲਓ ਪਹਿਲਾਂ ਤਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ, ਫਤਿਹ ਫਤਿਹ। ਬਾਈ ਦੇਖ ਲਓ ਸਪੈਸ਼ਲੀ ਖੰਨੇ ਤੋਂ ਮਿਲਣ ਆਇਆ ਹਨਾ, ਉਹ ਵੀ ਬਾਈਕ ਤੇ, ਬਹੁਤ ਆਉਣਾ ਔਖਾ ਵਾ ਤੇ ਯਾਰ ਮਿਲਣ ਆਇਆ ਵੀਰੇ, ਬਹੁਤ ਦਿਲੋਂ ਰਿਸਪੈਕਟ ਆ ਨਾ, ਮਜ਼ਾ ਆਇਆ, ਮਜ਼ਾ ਸਵਾਦ ਆ ਗਿਆ ਬਾਈ, ਸਮਝ ਲੱਗੇ ਦਿਲ ਟੱਚ ਕਰ ਗਿਆ। ਮਜ਼ਾਕ ਕਰਦਾ ਬਾਈ ਤੇਰੇ ਨਾਲ। ਜਦੋਂ ਪਿਆਰ ਕਰਨ ਵਾਲੇ ਇੰਨੇ ਬੈਠੇ ਆ ਤਾਂ ਆਪਾਂ ਹਾਰ ਨਹੀਂ ਸਕਦੇ ਬਾਈ, ਧੰਨਵਾਦ ਤੇਰਾ ਬਹੁਤ ਬਹੁਤ। ਸਹੀ ਗੱਲ ਆ, ਕਿਉਂਕਿ ਆਪਾਂ ਨੂੰ ਸਾਰੀ ਸ਼ੁਰੂ ਤੋਂ ਸਪੋਰਟ ਕਰਦੇ ਆਉਂਦੇ ਹਨਾ, ਤਾਂ ਆਪਾਂ ਹਾਰਦੇ ਨੀ ਵੀਰੇ, ਤਾਂ ਮਤਲਬ ਜੋ ਮਰਜ਼ੀ ਹੋ ਜਾਏ ਆਪਾਂ ਹਿੰਮਤ ਨਹੀਂ ਹਾਰਦੇ ਬਾਈ। ਸਹੀ ਗੱਲ ਆ ਬਾਈ, ਤੁਹਾਡਾ ਸਾਥ ਹਿੰਮਤ ਕਿਵੇਂ ਹਾਰ ਜਾਂਗੇ, ਕਿੰਨੇ ਚੈਨਲ ਲੈ ਲਾ ਬਣ ਬਣ ਡਿਲੀਟ ਹੋ ਗਏ ਬਾਬਾ। ਸਹੀ ਗੱਲ ਆ, ਅਜੇ ਵੀ ਆਪਾਂ ਖੜੇ ਆ ਨਾ, ਦੋ ਜ਼ੀਰੋ ਤੋਂ ਸਟਾਰਟ ਕਰਕੇ ਦੁਬਾਰਾ ਫਿਰ ਸਟੈਂਡ ਕਰਦੇ ਹੋ ਨਾ ਤੁਸੀਂ, ਤਾਂ ਪਿਆਰ ਕਿੰਨਾ ਕਰਦੇ ਹੋ ਇੱਥੋਂ ਪਤਾ ਲੱਗ ਜਾਂਦਾ ਵਾ ਹਨਾ। ਤਾਂ ਬਾਈ ਹੁਣ ਗੱਡੀ ਗੁੱਡੀ ਧਵਾ ਕੇ ਚੱਲਦੇ ਹਾਂ ਘਰੇ, ਚਲੋ ਚੱਲੀਏ ਫਿਰ। ਸਟਿੰਗ ਸਿਹਤ ਕੇ ਲਈ ਹਾਨੀਕਾਰਕ ਹੈ, ਇਸਕੋ ਪੀਣਾ ਨਹੀਂ ਚਾਹੀਏ, ਇਸਕੇ ਸਾਥ ਖੇਲਣਾ ਚਾਹੀਏ ਹੈ ਬਾਈ, ਖੇਡਣਾ ਚਾਹੀਦਾ ਬਾਈ ਪੀਣ ਨੂੰ, ਇਹ ਜ਼ਹਿਰ ਦੇਖੋ ਲਾਲ ਜੀ ਦਵਾਈ ਹੈ। ਉਹ ਵੀ ਕਹਿੰਦੇ ਸਹੀ ਗੱਲ ਆ ਬਾਈ, ਜਿਹੜੇ ਸਪੌਂਸਰ ਸਾਨੂੰ ਕੰਪਨੀ ਕਰਦੀ ਆ ਉਹਨੂੰ ਅਸੀਂ ਚੁੰਮੀਆਂ ਦੇ ਕੇ ਰੱਖਦੇ ਹਾਂ। ਹੁਣੇ ਹੁਣੇ ਆਪਾਂ ਘਰੇ ਆ ਗਏ ਸੀਗੇ ਅਤੇ ਹਰਸ਼ ਅਤੇ ਕੈਰੀ ਹੁਣੀ ਹੁਣ ਚੱਲੇ ਆ ਚੰਡੀਗੜ੍ਹ, ਅਤੇ ਨਾਲ ਹੀ ਸਿੱਧਾ ਚੰਡੀਗੜ੍ਹ ਨਿਕਲ ਗਿਆ ਉਹ। ਪਹਿਲਾਂ ਮੇਰੇ ਕੋਲ ਆਇਆ ਸੀਗਾ, ਮੈਨੂੰ ਹਰਸ਼ ਪੂਰਾ ਫੋਰਸ ਕਰ ਰਿਹਾ ਸੀਗਾ, ਕਹਿੰਦਾ ਮੇਰੇ ਨਾਲ ਚੱਲ, ਅਤੇ ਮੈਂ ਵੀ ਵੈਸੇ ਤਾਂ ਬਹੁਤ ਟਾਈਮ ਦਾ ਗਿਆ ਹਾਂ, ਜਦੋਂ ਮੇਰੇ ਹਿਸਾਬ ਨਾਲ ਮੈਂ ਡਬਈ ਗਿਆ ਸੀਗਾ ਵਿਆਹ ਤੋਂ ਪਹਿਲਾਂ
ਉਦੋਂ ਦਾ ਗਿਆ ਹੋਇਆ। ਹੁਣ ਤੁਹਾਨੂੰ ਪਤਾ ਵਾ ਯਾਰਾਂ ਦੋਸਤਾਂ ਨਾਲ ਇਹ ਚੀਜ਼ ਹੋ ਜਾਂਦੀ ਆ, ਜ਼ਿਆਦਾ ਦੂਰ ਨਹੀਂ ਜਾਇਆ ਜਾਂਦਾ ਜਦੋਂ ਵਿਆਹ ਹੋ ਜਾਂਦਾ ਹੈ ਨਾ, ਜਿਨ੍ਹਾਂ ਦਾ ਵਿਆਹ ਹੋਇਆ ਉਹ ਚੀਜ਼ ਸਮਝ ਸਕਦੇ ਆ। ਅਤੇ ਮੈਨੂੰ ਬਹੁਤ ਫੋਰਸ ਕੀਤਾ, ਕਹਿੰਦਾ ਚੱਲ, ਕਹਿੰਦਾ ਮੈਂ ਤੇਰੀ ਭਾਬੀ ਨੂੰ ਪੇਕੇ ਵੀ ਨਹੀਂ ਛੱਡ ਗਿਆ ਹੈਗਾ, ਕਹਿੰਦਾ ਤੇਰੀ ਭਾਬੀ ਜਗਰਾਉਂ ਵਾਲੇ ਘਰ ਹੀ ਆ। ਫੋਨ ਲਾ ਕੇ ਭਾਬੀ ਤਾਂ ਵੀ ਪਛਾਤਾ ਸੀਗਾ ਕਿ ਮੈਂ ਜਗਰਾਉਂ ਵਾਲੇ ਘਰ ਹੀ ਹਾਂ, ਮੈਂ ਪੇਕੇ ਨਹੀਂ ਗਈ ਗੀ। ਬਟ ਫਿਰ ਵੀ ਮੇਰਾ ਮਨ ਜਾ ਨਹੀਂ ਮੰਨਿਆ ਹੈਗਾ। ਅਤੇ ਤੁਹਾਡੀ ਭਾਬੀ ਕਹਿ ਰਹੀ ਸੀ ਹਰਸ਼ ਝੂਠ ਬੋਲ ਰਿਹਾ ਵਾ, ਮੈਂ ਕਿਹਾ ਨਹੀਂ ਹਰਸ਼ ਝੂਠ ਥੋੜ੍ਹੀ ਬੋਲੂਗਾ। ਅਤੇ ਹੁਣ ਉਹ ਚਲੇ ਗਿਆ, ਲੜ ਕੇ ਮੇਰੇ ਨਾਲ ਚਲਿਆ ਗਿਆ ਵਾ, ਹੈ ਨਾ। ਅਤੇ ਅੰਦਰੋਂ ਅੰਦਰੀਆਂ ਸੋਹਣ ਲੱਗੇ, ਮੇਰਾ ਵੀ ਦਿਲ ਬਹੁਤ ਕਰਦਾ ਸੀਗਾ ਕਿ ਮੈਂ ਹਰਸ਼ ਉਹਨਾਂ ਨਾਲ ਜਾਵਾਂ ਅਤੇ ਇੰਜੋਇਮੈਂਟ ਕਰਾਂ, ਕਿਉਂਕਿ ਤੁਹਾਨੂੰ ਪਤਾ ਵਾ ਯਾਰਾਂ ਦੋਸਤਾਂ ਨਾਲ ਜਾ ਕੇ ਤਾਂ ਖੱਪ ਬੰਦਾ ਅਲੱਗ ਪਾਉਂਦਾ ਵਾ। ਬਟ ਕੀ ਕਰ ਸਕਦੇ ਹਾਂ, ਤੁਹਾਡੀ ਭਾਬੀ ਹੈਗੀ ਆ ਬੰਬੇ ਦੀ, ਜਾਂਚ ਹੀ ਦੋ ਦਿਨ ਲੱਗ ਜਾਂਦੇ ਆ। ਅਤੇ ਹੁਣ ਹਰਸ਼ ਲੜ ਲੁੜ ਕੇ ਮੇਰੇ ਨਾਲ ਚਲਿਆ ਗਿਆ ਵਾ, ਹੈ ਨਾ। ਹਾਂਜੀ ਸੀਐਮ ਸਾਹਿਬ, ਕੀ ਹਾਲ ਚਾਲ ਆ, ਹੋਰ ਠੀਕ ਠਾਕ ਹੋ? ਵਧੀਆ ਵਧੀਆ ਜੀ। ਹਾਂਜੀ, ਕੀ ਕਿਵੇਂ ਵੋਟਾਂ ਵਾਟਾਂ ਫਿਰ ਤੁਹਾਡੀਆਂ? ਬਸ ਠੀਕ, ਮਤਲਬ ਬਣਿਆ ਹੋਇਆ ਆਪਣਾ ਪੂਰਾ ਵਧੀਆ ਬੇਸ, ਅਤੇ ਬਸ ਜਿੱਤਣ ਦੀ ਪੂਰੀ ਪੂਰੀ ਕੋਸ਼ਿਸ਼ ਆ। ਚੱਲ ਤੂੰ ਐਂ ਦੱਸ ਦੇ ਵੋਟਾਂ ਕਦੋਂ? ਬਈ ਪੈ ਜਾਣਗੇ ਜਦੋਂ ਪੈ। ਦੇਖਿਆ, ਜੇ ਤੈਨੂੰ ਐਂ ਨਹੀਂ ਪਤਾ ਵੋਟਾਂ ਕਦੋਂ ਆ, ਤੂੰ ਸੀਐਮ ਛੱਡ, ਤੂੰ ਪੰਚੀ ਬਣ ਜੀ, ਸਰਪੰਚੀ ਦੀਆਂ ਵੋਟਾਂ ਤੂੰ ਐਂ ਦੱਸ ਦੇ ਕਦੋਂ ਆ। ਬਈ ਇਹ ਦੇਖੋ ਬਈ, ਆਪਾਂ ਸੀਐਮ ਉਹ ਨਹੀਂ ਗੇ, ਠੀਕ ਆ, ਮਤਲਬ ਇਲੈਕਸ਼ਨ ਵਾਲੇ ਸੀਐਮ ਨਹੀਂ ਗੇ, ਠੀਕ ਆ, ਆਪਾਂ ਲੋਕਾਂ ਦੀ ਇਹ ਪਿਆਰ ਵਾਲਾ ਸੀਐਮ ਜਿਹੜਾ ਜਿਹੜਾ ਲੋਕੀ ਆਪੀ ਮੂੰਹੋਂ ਕਹਿੰਦੇ ਉਹ ਸੀਐਮ ਉਰਿਆ ਉਹ ਸੀਐਮ ਆ ਬਾਈ ਜੀ। ਇਹ ਕੋਈ ਪੋਲੀਟੀਸ਼ੀਅਨ ਸੀਐਮ ਨੀਗਾ ਕਿ ਅਲੱਗ ਸੀਐਮ ਆ ਨਾ, ਇਹ ਕੋਈ ਲੋਕਾਂ ਨੇ ਕੰਮ ਕੱਢਦਾ ਵਾ, ਇਹ ਲੋਕੀ ਜਿਹੜੇ ਪਿਆਰ ਨਾਲ ਬੁਲਾਉਂਦੇ ਉਹ ਇਹ ਉਹ ਸੀਐਮ ਵੀ ਕੱਢ ਦਿੰਦੇ ਆ, ਐਡੀ ਕੋਈ ਗੱਲ ਨਹੀਂ। ਇਹ ਤਾਂ ਪ੍ਰੈਂਕ ਕੀਤਾ, ਤੁਹਾਨੂੰ ਪਤਾ ਲੱਗ ਗਿਆ ਸੀਗਾ। ਚਲੋ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ, ਮੈਂ ਕਿਹਾ ਇੱਥੋਂ ਸ਼ੋਰ ਹੋ ਗਿਆ, ਪਰ ਇਹ ਬੰਦੇ ਨੇ ਮੈਨੂੰ ਲੱਗਿਆ ਨਹੀਂ ਸੀ ਸਹੇਲੀ ਹੋਊਗੀ, ਅਤੇ ਸੱਚੀ ਹੈ ਨਹੀਂ ਗੀ ਯਾਰ। ਮੈਨੂੰ ਇਹ ਚੀਜ਼ ਸੀਗੀ ਹੈ ਨਾ, ਮੈਂ ਕਿਹਾ ਤੂੰ ਫੋਨ 'ਤੇ ਬਿਜ਼ੀ ਆ ਰਿਹਾ, ਤੇਰਾ ਫੋਨ ਬਿਜ਼ੀ ਆ ਰਿਹਾ, ਮੈਂ ਕਿਹਾ ਪੱਕਾ ਸਹੇਲੀਆਂ ਲੱਗਾ ਹੋਊਗਾ, ਪਰ ਦੇਖਿਆ ਇਹ ਬੰਦਾ ਆੜੀਆਂ ਲੱਗਾ ਸੀਗਾ। ਅਤੇ ਇੱਕ ਵਾਰੀ ਤਾਂ ਮੈਂ ਸੋਚ ਲਈ ਵੀਰੇ, ਮੈਂ ਕਿਹਾ ਇਹ ਬੰਦੇ ਦੀ ਸਹੇਲੀ ਹੈਗੀ ਆ। ਬਾਕੀ ਮੈਨੂੰ ਬਹੁਤ ਕਮੈਂਟ ਆਏ ਕਿ ਇਹ ਬੰਦਾ ਬਹੁਤ ਸਾਊ ਆ। ਬਾਈ ਸਾਊ ਸੂ ਕੋਈ ਨਹੀਂ, ਦੇਖ ਲਓ ਬਾਈ, ਸ਼ਕਲ ਤਾਂ ਸਾਊ ਨਹੀਂ ਗਾ, ਤੁਸੀਂ ਲਿਖਾ ਕੇ ਲੈ ਲਓ ਮੈਥੋਂ ਅੰਦਰ ਦੀ ਅੰਦਰ। ਅਤੇ ਬਾਕੀ ਬਾਈ ਕੋ ਕਹਿਣਾ ਚਾਹੇਗਾ ਆਪਦੀ ਸਫਾਈ ਵਿੱਚ? ਕਹਾਵਤ ਕਹਿਣਾ ਚਾਹੂੰਗਾ, ਕਹੋ ਕਹੋ ਫਿਰ, ਕੋਈ ਗੱਲ ਨਹੀਂ, ਸੋਚ ਲਾ। ਕਹਿੰਦਾ ਮੈਂ ਯਾਦ ਕਰਕੇ ਆਇਆ, ਵੀਡੀਓ ਦੇਖ ਕੇ ਆਇਆ, ਇਹ ਕਹਾਵਤ ਆ ਜਾਂ ਲੇਖ ਸੁਣਾਉਣ ਲੱਗਾ ਵਾ ਹੈ ਓਏ। ਅਤੇ ਬਾਈ ਹੁਣ ਆਪਾਂ ਘਰੇ ਆ ਗਏ ਸੀਗੇ, ਹਰਸ਼ ਮੇਰੇ ਨਾਲ ਲੜ ਕੇ ਭੱਜ ਗਿਆ ਵਾ, ਇਹਨੂੰ ਮੈਂ ਹੁਣ ਫੋਨ ਲਾ ਕੇ ਗਾਲਾਂ ਕੱਢਦਾ ਪਹਿਲਾਂ ਤਾਂ, ਠੀਕ ਆ, ਮੈਨੂੰ ਬਹੁਤ ਬੋਲ ਕੇ ਗਿਆ ਵਾ। ਬਟ ਮੇਰਾ ਵੀ ਯਾਰ ਅੰਦਰੋਂ ਅੰਦਰੀ ਬਹੁਤ ਦਿਲ ਕਰ ਰਿਹਾ ਸੀਗਾ ਮੈਂ ਉਹਦੇ ਨਾਲ ਜਾਵਾਂ, ਅਤੇ ਅਫਸੋਸ ਨਹੀਂ ਜਾਇਆ ਗਿਆ ਹੈਗਾ। ਤਾਂ ਤੁਹਾਨੂੰ ਪਤਾ ਕਿਉਂ ਔਖਾ ਵਾ, ਭਾਬੀ ਦੂਰ ਦੀ ਆ ਤੁਹਾਡੀ, ਅਤੇ ਇਕੱਲੇ ਛੱਡ ਕੇ ਨਹੀਂ ਜਾ ਸਕਦੇ। ਚੱਕਰ ਇਹ ਆ, ਜਿਹੜਾ ਇਨਸਾਨ ਸਾਰਾ ਕੁਛ ਛੱਡ ਗਿਆ ਨਾ, ਉਹਦੇ ਲਈ ਫਿਰ ਬਹੁਤ ਕੁਛ ਛੱਡਣਾ ਪੈਂਦਾ। ਪਰ ਐਂ ਯਾਰ ਨਹੀਂ ਛੱਡ ਸਕਦਾ ਬੰਦਾ, ਬਸ ਚੀਜ਼ਾਂ ਛੱਡਣੀਆਂ ਪੈਂਦੀਆਂ। ਹੁਣ ਕਿਤੇ ਜਾਣਾ ਵਾ, ਉਹ ਚੀਜ਼ ਛੱਡਤੀ, ਐਂ ਨਾ ਕਿ ਇੱਕ ਯਾਰ ਆ ਮੇਰਾ ਉਹ ਵੀ ਛੱਡ ਦੂੰਗਾ, ਇਹ ਚੀਜ਼ ਨਹੀਂ ਹੈ। ਕੋਮਲ ਸਿੰਘ ਆ ਗਈ ਯਾਦ? ਆਵੇ ਬਈ, ਬਾਈ ਯਾਰ ਵੀ ਕਾਹਦਾ ਵਾ, ਭਰਾ ਹੀ ਆ ਨਾ। ਮੈਂ ਜਿਵੇਂ ਪੁਰਾਣੀਆਂ ਵੀਡੀਓ 'ਚ ਵੀ ਕਹਿੰਦਾ ਆਇਆ ਵਾ, ਲੱਭੀ ਜਾਂਦਾ ਰਹਿਣ ਦੇ, ਕਹਾਵਤ ਕੈਂਸਲ ਕਰ, ਕੋਈ ਨਹੀਂ ਕੋਈ ਗੱਲ ਨਹੀਂ, ਕਹਾਵਤ ਕੈਂਸਲ ਕਰ ਦੇ। ਬਾਹਰੋਂ ਸਾਧ ਵਿੱਚੋਂ ਆ ਪਖੰਡੀ ਹੱਟ ਨੀ, ਆ ਹੀ ਹੋਊਗਾ, ਬਾਹਰੋਂ ਸਾਧ ਆ ਤੇ ਅੰਦਰੋਂ ਪਖੰਡੀ ਆ। ਬਈ ਸੁਣਾਈ ਦੇ, ਅੱਛਾ ਬਦਮਾਸ਼ ਆ ਰਿਹਾ, ਬਦਮਾਸ਼ ਠੀਕ ਆ, ਡਰ ਕੇ ਬੜੇ ਡਰ ਕੇ ਨਾ। ਤੇ ਬਾਈ ਚਲੋ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ, ਬਾਡੀ ਡਰੈਸਿੰਗ ਚੇਂਜ ਕਰ ਲਈਏ, ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਕੀ ਕਹਿ ਰਹੇ ਹੋ? ਤੇ ਕੋਮਲ ਦੀ ਵੇਟ ਹੋ ਰਹੀ ਆ, ਘਰ ਦੇ ਕੋਮਲ ਨੂੰ ਗਾਲਾਂ ਹੀ ਕੱਢੀ ਜਾ ਰਹੇ ਆ ਕਿ ਤਿਆਰ ਨਹੀਂ ਹੋ ਰਿਹਾ, ਪਹਿਲਾਂ ਕਿੱਥੇ ਗਿਆ ਸੀਗਾ। ਮਤਲਬ ਹੁਣ ਛੋਟੇ ਜਿਹੜੇ ਬੱਚੇ ਹੁੰਦੇ ਆ ਜਾਂ ਛੋਟੇ ਭਰਾ ਹੁੰਦੇ ਆ, ਉਹਨਾਂ ਦੇ ਗਾਲਾਂ ਪੈਣੀਆਂ ਲਾਜ਼ਮੀ ਹੁੰਦੀਆਂ ਵਾ। ਮਤਲਬ ਆਪਾਂ ਵੀ ਛੋਟੇ ਹੁੰਦੇ ਸੀਗੇ, ਆਪਣੇ ਹੀ ਪੈਂਦੀਆਂ ਰਹੀਆਂ ਵਾ, ਜ਼ਰੂਰੀ ਨਹੀਂ ਕਿ ਹਾਂ ਆਪਾਂ ਹੁਣ ਵੱਡੇ ਹੋ ਗਏ ਹਾਂ, ਪਹਿਲਾਂ ਪੈਂਦੀਆਂ ਰਹੀਆਂ ਆਪਣੇ, ਕਿਤੇ ਕਿਤੇ ਚਲੋ ਹੁਣ ਵੀ ਪੈਂਦੇ ਆ ਘਰ ਦੇ, ਹੈ ਨਾ, ਫਰਜ਼ ਆ ਘਰਦਿਆਂ ਦਾ। ਹਾਂਜੀ ਕੋਮਲ ਜੀ,
ਮੈਂ ਸੁਣਿਆ ਤੁਹਾਡੇ ਗਾਲਾਂ ਗੂਲਾਂ ਪੈ ਰਹੀਆਂ ਵਾ ਬਾਈ। ਬਸ ਸਵੇਰ ਦੀਆਂ ਪੈ ਗਈਆਂ ਸੀ ਤੇ ਸ਼ਾਮ ਦੀਆਂ ਰਹਿੰਦੀਆਂ ਸੀ। ਅੱਛਾ, ਉਹ ਮਤਲਬ ਪਰਨਾ ਪੁਰਨਾ ਬੰਨ ਕੇ ਖਾਣ ਆ ਗਏ ਸ਼ਾਮ ਦੀ। ਉਹ ਫਿਰ ਇਹ ਵੀ ਰੋਟੀ ਆ ਨਾ ਤੇਰੀ ਲਈ। ਹਾਂ ਬਾਈ, ਗਾਲਾਂ ਇਹ ਮੇਨ ਚੀਜ਼ ਆ ਬਰੇ। ਛੋਟੇ ਭਰਾ ਵਾਲੀ ਗਾਲਾਂ ਕਹਿੰਦੇ ਇਹ ਕਰਦਿਆਂ ਤੋਂ ਬਹੁਤ ਜ਼ਰੂਰੀ ਹੁੰਦੀਆਂ। ਉਹਨਾਂ ਟਾਈਮ ਪੈਟਰੋਲ ਨਹੀਂ ਪੂਰਾ ਹੁੰਦਾ ਗਾਲਾਂ ਖਾ ਕੇ, ਹੈ ਨਾ, ਇਹ ਚੱਲਦਾ ਨਹੀਂ ਬੰਦਾ ਫਿਰ ਉਹਨਾਂ ਟਾਈਮ ਜਿੰਨਾ ਟਾਈਮ ਗਾਲਾਂ ਨਹੀਂ ਪੈਂਦੀਆਂ, ਹੈ ਨਾ। ਉਹ ਕੱਪੜੇ ਕੁੱਪੜੇ ਚਾਦੇ ਪਹਿਲਾਂ ਪਾ ਗਏ ਆ, ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ, ਠੀਕ ਹੈ ਨਾ। ਫੜਤਾ ਪਿਆ ਮੈਂ ਪਾ ਗਿਆ, ਨਾ ਫੜਤਾ ਪਿਆ ਮੈਂ ਪਾ ਗਿਆ, ਮੈਂ ਵੀ ਪਾਇਆ ਨਾ, ਤੂੰ ਵੀ ਪਾ ਗਿਆ। ਮੈਂ ਹਲੇ ਦੇਖੋ ਹੁਣ ਬੰਦੇ ਨੂੰ ਕਿਹਾ, ਮੈਂ ਕਿਹਾ ਮਾੜਾ ਮੋਟਾ ਤਿਆਰ ਹੋ ਕੇ ਆ ਜਾ ਮੇਰੇ ਵੱਲ ਝਾਕਦਾ। ਪਹਿਲੀ ਗੱਲ ਆ, ਇਹ ਠੰਡ ਹੈਗੀ ਆ, ਤੂੰ ਇੱਦਾਂ ਕਿਉਂ ਫਿਰ ਰਿਹਾ ਬਾਈ? ਮੰਨਿਆ ਤੂੰ ਡੋਲੇ ਦਿਖਾਉਣਾ ਵਾ, ਬੋਡੀ ਵੀ ਬਣਾ ਦਿਖਾਉਣੀ ਆ, ਬੋਡੀ ਦਿਖਾਉਣੀ ਆ, ਕਮਜ਼ੋਰੀ ਦਿਖਾਉਣੀ ਆ ਬਾਈ, ਕਮਜ਼ੋਰੀ ਨਹੀਂ, ਠੀਕ ਆ। ਦੇਖ ਲਓ ਬਾਈ, ਦਿਖਾਇਆ ਪਿਛਲੇ ਵਲੋਗ ਚ, ਦਿਖਾਇਆ ਬਾਈ, ਦਿਖਾਇਆ, ਠੀਕ ਆ ਠੀਕ ਆ ਬਾਈ। ਮੈਂ ਸਮਝ ਗਿਆ ਤੇਰੇ ਕਟਿੰਗ ਆ, ਇਹ ਕਟਿੰਗ ਨਹੀਂ, ਇਹ ਕਮਜ਼ੋਰੀ ਹੈ ਵੀਰੇ, ਕਮਜ਼ੋਰੀ ਨਾ ਹੈਗੀ ਆ। ਤੂੰ ਜਿੰਮ ਜੁੰਮ ਜਾਇਆ ਕਰ, ਜਿੰਮ ਜਾ ਕੇ ਕੁਝ ਖਾਇਆ ਕਰ ਚਾਤਰਾ, ਠੀਕ ਹੈ ਨਾ ਬਾਈ, ਖਾਣਾ ਹੁੰਦਾ ਮੇਰਾ ਬੱਸ ਦਾ ਚੱਲੇ, ਠੀਕ ਆ ਬਾਈ। ਤੇ ਹੁਣ ਤੂੰ ਰੈਡੀ ਰੂਡੀ ਹੋ ਕੇ ਆ ਜਾ, ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਠੀਕ ਆ। ਤੁਸੀਂ ਕਹਿੰਦੇ ਹੋ ਚੱਲ ਵੜਦੇ ਆ, ਹਾਂ ਨਾ ਕਰਦੇ ਆ, ਤੂੰ ਹਾਂ ਨਾ ਹੀ ਨਹੀਂ ਕਰਦਾ। ਮੈਂ ਕਿਹਾ ਤੁਸੀਂ ਕਹਿੰਦੇ ਹੋ ਚੱਲ ਵੜਦੇ ਆ, ਚੱਲ ਠੀਕ ਆ ਜਾ ਫਿਰ। ਫੇਮਸ ਹੋ ਗਿਆ ਤਾਂ ਕਰਕੇ ਨਹੀਂ ਬਾਈ, ਗੁਰੂ ਘਰ ਨੂੰ ਨਹੀਂ, ਨਾ ਬਾਈ। ਹੋਰ ਜਿਵੇਂ ਬਾਈ ਇੱਕ ਬੰਦੇ ਦਾ ਮੈਨੂੰ ਕਮੈਂਟ ਆਇਆ ਤੇ ਕਹਿੰਦਾ ਬਾਈ ਤੂੰ ਕੈ ਜੀ ਭੈਣ ਦੇ ਵਿਆਹ ਤੇ ਕਿਉਂ ਨਹੀਂ ਗਿਆ ਹੈਗਾ। ਅੱਛਾ, ਮੈਂ ਕਿਹਾ ਬਾਈ ਥੋੜ੍ਹਾ ਬਿਜ਼ੀ ਸੀਗਾ, ਮਤਲਬ ਗੁਰੂ ਘਰ ਨੂੰ ਨਹੀਂ ਆਪਾਂ ਨਾ ਕਰਦੇ ਜੀ। ਗੁਰੂ ਘਰ ਕਿੱਥੇ, ਕੈਰੀ ਦੀ ਭੈਣ ਦਾ ਵਿਆਹ ਕਿੱਧਰ ਸਾਈਡ ਰਹਿ ਗਿਆ, ਗੱਲ ਸਮਝ ਹੀ ਨਹੀਂ ਆਈਗੀ। ਤੂੰ ਤਿਆਰ ਹੀ ਹੋ ਕੇ ਆ ਜਾ ਜਲਦੀ ਜਲਦੀ। ਹਾਂਜੀ ਡੈਡੀ ਜੀ, ਮੰਮੀ ਨੇ ਡੈਡੀ ਨੂੰ ਕਵਰ ਕਰ ਲਿਆ ਤੇ ਚਲੋ ਹੁਣ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਹੋ ਕੇ ਹੁਣ ਆਪਾਂ ਚੱਲੇ ਹਾਂ ਘਰੇ। ਇੱਥੇ ਕਾਫੀ ਹਨੇਰਾ ਹੋ ਗਿਆ, ਪਹਿਲਾਂ ਲੱਗਾ ਸੀ ਜਲਦੀ ਚਲੇ ਜਾਵਾਂ ਘਰੇ, ਬਟ ਇੱਥੇ ਕਾਫੀ ਹੁਣ ਮਿਲ ਗਏ, ਫਿਰ ਪਾਠ ਕਰਨ ਬੈਠ ਗਏ, ਤਾਂ ਕਰਕੇ ਟਾਈਮ ਲੱਗ ਗਿਆ। ਅੱਜ ਜ਼ਿਆਦਾ ਸੰਗਤ ਆਈ ਹੋਈ ਸੀ ਤੇ ਹੁਣ ਆਪਾਂ ਮੱਥਾ ਟੇਕ ਕੇ ਚੱਲਦੇ ਹਾਂ ਘਰੇ, ਤੇ ਚਲੋ ਚੱਲੀਏ। ਓ ਬਾਈ ਹੁਣ ਆਪਾਂ ਆਏ ਹਾਂ ਹਰਸ਼ ਦੇ ਨਾਲ, ਪਹਿਲਾਂ ਹਰਸ਼ ਆਇਆ ਸੀ ਕੱਲ, ਹੈ ਨਾ, ਇਹ ਮੈਨੂੰ ਕਹਿ ਰਿਹਾ ਸੀ ਭਾਬੀ ਹੁਣੀ ਘਰੇ ਆ ਤੇ ਤੂੰ ਵੀ ਨਾਲ ਚੱਲ, ਭਾਬੀ ਘਰੇ ਰਹਿ ਸਕਦੇ, ਹੈ ਨਾ। ਤੇ ਮੈਨੂੰ ਇਹਨੇ ਬਹੁਤ ਜ਼ਿਆਦਾ ਪੰਪ ਮਾਰੇ ਕਿ ਤੂੰ ਨਾਲ ਚੱਲ ਨਾਲ ਚੱਲ, ਇਹ ਬੰਦਾ ਦੇਖ ਲਓ ਕੱਲ ਜਾ ਕੇ ਅੱਜ ਆਇਆ। ਤੇ ਬਾਅਦ ਚ ਇਹਨੇ ਮੈਨੂੰ ਫੋਨ ਤੇ ਦੱਸਿਆ ਕਿ ਭਾਬੀ ਤੇਰੀ ਮੈਂ ਘਰੇ ਛੱਡ ਕੇ ਆਇਆ ਸੀਗਾ, ਪੇਕੇ ਘਰ ਛੱਡ ਕੇ ਆਇਆ ਸੀਗਾ। ਦੇਖ ਲਓ ਯਾਰ ਇਹ ਬੰਦਾ ਨਾ ਚੀਟਿੰਗ ਕਰਦਾ, ਸਮਝ ਗਿਆ ਮੈਂ। ਮੈਨੂੰ ਇਹੀ ਯਾਰ ਜੇ ਮੈਂ ਕਹੂੰਗਾ ਵੀ, ਹੈ ਨਾ, ਇਹਦਾ ਕਰਕੇ ਮੇਰੇ ਨਾਲ ਚੱਲ, ਇਹਨੇ ਕਹਿਣਾ ਯਾਰ ਇਹ ਤਾਂ ਮੈਂ ਉਹੀ ਚੀਜ਼ ਸੋਚਦਾ ਸੀ ਵੀਰੇ, ਮੈਂ ਜੇ ਚਲਿਆ ਜਾਂਦਾ ਨਾ ਬਾਅਦ ਚ ਮੈਂ ਤੇਰੀ ਭਾਬੀ ਨੂੰ ਦੱਸ ਦਿੰਦਾ ਕਿ ਮੇਰੀ ਭਾਬੀ ਆ ਪੇਕੇ ਗਈ, ਹੈ ਨਾ, ਬਾਅਦ ਚ ਤੇਰੀ ਭਾਬੀ ਨੇ ਇੰਨਾ ਗੁੱਸਾ ਕਰਨਾ ਸੀ, ਉਹ ਤਾਂ ਰੱਬ ਹੀ ਜਾਣਦਾ ਬਾਈ। ਬਚ ਗਿਆ ਮੈਂ ਬਾਈ, ਨਹੀਂ ਗਿਆ,
ਤੇ ਇਹ ਰਾਤ ਨੂੰ ਆਏ ਸੀਗੇ ਕੱਲ ਰਾਤ ਨੂੰ। ਇਹ ਚੱਕਰ ਐ ਨਾ ਬਾਈ, ਭਾਬੀ ਆਏ ਆ ਥੋੜੇ ਕੋਲ ਦੇ ਤਾਂ ਕਰਕੇ ਸੌਖਾ ਜਾਂਦਾ, ਇੱਧਰ ਮੇਰੀ ਘਰ ਵਾਲੀ ਤੁਹਾਨੂੰ ਪਤਾ ਹੀ ਆ, ਪਰ ਥੋੜੇ ਦੂਰ ਦੇ ਆ ਤਾਂ ਕਰਕੇ ਜਾਣਾ ਪੈ ਜਾਂਦਾ। ਜਿਵੇਂ ਥੋੜੇ ਥੋੜੇ ਦਾ ਇੰਨਾ ਸੈਂਸ ਵੀ ਇਹ ਤਾਂ ਬਾਲੇ ਜ਼ਿਆਦਾ ਦੂਰ ਦੇ ਆ, ਮਤਲਬ ਜਾਂਚ ਹੀ 2 ਦਿਨ ਲੱਗ ਜਾਂਦੇ ਆ, 2 ਦਿਨ ਲੱਗਦੇ ਆ ਪੂਰੇ ਜਾਣ ਚ, ਆਪਾਂ ਨੂੰ ਫਿਰ ਵੀ ਅੱਧਾ ਕਦੇ ਨੂੰ ਪਤਾ ਲੱਗਦਾ ਵਾ, ਸਹੀ ਗੱਲ ਆ, ਟਾਈਮ ਲੱਗਦਾ ਕਹਿੰਦਾ ਮੇਨ ਫੈਮਿਲੀ ਜਿਹੜੀ ਸਾਰੀ ਬੰਬੇ ਸ਼ਿਫਟ ਹੋਈ ਹੋਈ ਆ ਤਾਂ ਕਰਕੇ ਜ਼ਿਆਦਾ ਟਾਈਮ ਲੱਗ ਜਾਂਦਾ ਵਾ। ਬਾਈ ਹਰਸ ਨੂੰ ਕੁੱਤੇ ਮਾਰਨ ਦਾ ਵਾਰਡ ਮਿਲਿਆ ਹੋਇਆ ਕੁੱਤੇ ਨਾਲ ਮਾਰੀ ਤੇ ਤਾਂ ਕਰਕੇ ਬਾਈ ਬਚ ਗਏ ਆ। ਮੈਂ ਤਾਂ ਬਹੁਤ ਸੋਚਿਆ ਸੀ, ਮੈਨੂੰ ਇੱਕ ਟਾਈਮ ਤੇ ਤਾਂ ਹੋ ਰਿਹਾ ਵੀ ਫੀਲ ਕਿ ਯਾਰ ਮੈਂ ਕਿਉਂ ਨਹੀਂ ਗਏ ਹੁਣ, ਯਾਰ ਹਰਸ਼ ਤਾਂ ਯਾਰ 2 ਮਹੀਨੇ ਦਾ ਵਿਆਹ ਕਰਾ ਕੇ ਇਹਨਾਂ ਇੱਕ ਨਹੀਂ, ਮੈਂ ਇੱਕ ਟਾਈਮ ਸੋਚ ਰਿਹਾ ਸੀਗਾ ਮੈਂ ਕਿਹਾ ਮੈਂ ਹਰਸ਼ ਨਾਲ ਕਿਉਂ ਨਹੀਂ ਗਿਆ ਯਾਰ ਹਨਾ, ਬਟ ਬਾਅਦ ਚ ਤੈਨੂੰ ਮੈਂ ਫੋਨ ਲਾਇਆ ਫਿਰ ਪਤਾ ਲੱਗਿਆ ਮੈਨੂੰ, ਮੈਂ ਕਿਹਾ ਸਾਲਾ ਮੇਰੇ ਨਾਲ ਚੀਟਿੰਗ ਕਰਦਾ ਵਾ, ਹੋਰ ਮੇਰਾ ਤਾਂ ਮੂਡ ਵੀ ਆਫ ਹੋ ਗਿਆ ਸੀਗਾ ਤੇ ਤੇਰੀ ਭਾਬੀ ਕਹਿ ਰਹੀ ਸੀ ਕਹਿੰਦੇ ਮੂਡ ਨੂੰ ਕੀ ਹੋਇਆ, ਮੈਨੂੰ ਲੱਗ ਗਿਆ ਪਤਾ, ਮੈਨੂੰ ਲੱਗ ਗਿਆ ਪਤਾ, ਤੇ ਜਦੋਂ ਮੈਂ ਉਹਨੂੰ ਨਾ ਕੀਤੀ ਸੀ ਮੈਂ ਕਿਹਾ ਵੀਰੇ ਜਾਣ ਹੀ ਹੋਣਾ ਗਾ ਕਿਉਂਕਿ ਤੇਰੀ ਭਾਬੀ ਇਕੱਲੀ ਹੈ ਨਾ, ਕਿਉਂਕਿ ਔਖਾ ਇਹਨਾਂ ਤੇ ਇਹਨੇ ਕਿਹਾ ਚੱਲ ਠੀਕ ਆ ਪੁੱਤਰ ਫਿਰ ਅਸੀਂ ਚੱਲਿਆ ਨੀ, ਸਾਨੂੰ ਹਨੇਰਾ ਹੋ ਰਿਹਾ ਵਾ, ਟਾਕੀ ਲਾ ਲਈ ਮੈਨੂੰ ਫੀਲਿੰਗ ਹੋ ਗਈ ਸੀ ਅੰਦਰੋਂ ਅੰਦਰੋਂ, ਮੈਂ ਕਿਹਾ ਪੱਕਾ ਦਿਲ ਚ ਗਾਲਾਂ ਕੱਢਦਾ ਹੋਊਗਾ ਇਹ। ਫਿਰ ਮੈਨੂੰ ਥੋੜਾ ਫੋਨ ਮੇਰੇ ਵੀ ਸੀਗਾ ਇਹ ਕੁਛ ਬੋਲ ਕੇ ਗਿਆ ਮੈਨੂੰ ਗੁੱਸੇ ਦੇ ਬੋਲ ਕੇ ਗਿਆ, ਨਹੀਂ ਨਹੀਂ ਬਰਗਰ ਨੀ ਖਾਣਾ, ਨਹੀਂ ਨਹੀਂ ਭਾਬੀ ਰੋਟੀ ਬਣਾਈ ਬੈਠੀ ਤੇਰੀ, ਮੈਨੂੰ ਵੀ ਗੁੱਸੇ ਦੇ ਬੋਲ ਕੇ ਗਿਆ ਸੀਗਾ, ਕੀ ਬੋਲਿਆ ਸੀਗਾ ਹਾਂ ਏਦਾਂ ਬੋਲਿਆ ਸੀਗਾ, ਮੈਨੂੰ ਤਾਂ ਵੀਰ ਹੋਇਆ, ਮੈਂ ਕਿਹਾ ਯਾਰ ਇਹ ਬੰਦਾ ਹਟਦਾ ਨੀ ਗਾ। ਫਿਰ ਮੈਨੂੰ ਮੈਂ ਕਿਹਾ ਚੱਲ ਇਹਨੂੰ ਫੋਨ ਲਾਉਂਦੇ ਆ, ਮੈਂ ਕਿਹਾ ਮਰ ਜਾ ਥੋੜਾ ਸ਼ਾਂਤ ਹੋਊਗਾ, ਮੈਨੂੰ ਕੰਮ ਵੀ ਸੀਗਾ ਇਹਦੇ ਤਾਰੀ, ਮੈਂ ਯਾਰ ਦੱਸ ਹੀ ਦਿੱਤਾ ਇਹਨੂੰ ਤੇ ਪਤਾ ਕੀ, ਮੈਨੂੰ ਏਦਾਂ ਫੀਲ ਹੋ ਰਿਹਾ ਸੀ ਜੇ ਮੈਨੂੰ ਵੀ ਕੋਈ ਹਨਾ ਏਦਾਂ ਕਵੇ ਯਾਰ ਮੈਂ ਤਾਂ ਉਹਦੀ ਘਰ ਨੂੰ ਘਰੇ ਛੱਡ ਕੇ ਆ ਗਿਆ ਤੇ ਤੂੰ ਆਇਆ ਨੀ ਜਾਂਦਾ, ਮੈਂ ਕਿਹਾ ਮੈਨੂੰ ਕਿੰਨਾ ਬੁਰਾ ਲੱਗ ਗਿਆ, ਇਹਨੇ ਭਾਬੀ ਨਾਲ ਗੱਲ ਵੀ ਕਰਵਾਤੀ ਸੀ ਕਿ ਮੈਂ ਫਿਕਰ ਹੀ ਆ, ਮੈਂ ਉਹਦੀ ਘਰ ਵਾਲੀ ਨੂੰ ਨਾ ਪਹਿਲੇ ਸਿਖਾ ਕੇ ਆਇਆ ਸੀਗਾ, ਮੈਂ ਕਿਹਾ ਵੀ ਏਦਾਂ ਕਿ ਜਦੋਂ ਮੈਂ ਤੈਨੂੰ ਫੋਨ ਲਾਉਂਗਾ ਨਾ ਤੂੰ ਏਦਾਂ ਕਹਿ ਦੀ ਮੈਂ ਤਾਂ ਆਪਣੇ ਘਰ, ਤੇ ਰੋਟੀ ਭਾਬੀ ਨੇ ਪਹਿਲਾਂ ਹੀ ਦੱਸਤਾ ਸੀਗਾ ਕਿ ਇਹ ਸਕ੍ਰਿਪਟ ਸਾਰਾ ਸਿਖਾਇਆ ਹੋਇਆ ਵਾ, ਤੇ ਨਾਲ ਜ਼ਿਆਦਾ ਆ ਯਾਰ ਮੇਰੇ ਗੱਲ ਉਸ, ਮੈਂ ਤੇਰੀ ਭਾਬੀ ਦੀ ਗੱਲ ਨੋਟ ਨਹੀਂ ਕੀਤੀ, ਮੈਂ ਕਿਹਾ ਉਹੀ ਕਹਿਤਾ ਹੁਣ, ਮੈਂ ਕਿਹਾ ਉਦਾਂ ਹੀ ਜਸਟ ਕਹਿੰਦੇ ਹੋਣੇ ਆ, ਬਟ ਤੇਰੀ ਭਾਬੀ ਦੀ ਗੱਲ ਸੱਚ ਨਿਕਲੀ ਵੀਰੇ, ਤੂੰ ਮੇਰਾ ਚੀਟਿੰਗ ਕਰ ਰਿਹਾ ਸੀ, ਚੀਟਿੰਗ ਕਰਦਾ ਤੂੰ, ਚੀਟਿੰਗ ਕਰਦਾ ਤੂੰ, ਚੰਡੀਗੜ੍ਹ ਜਾਂਦਾ ਹੈ ਭਾਬੀ ਕਾ ਝੂਠ ਬੋਲ ਕਰ, ਸਹੀ ਗੱਲ ਆ ਬਾਈ, ਇਹ ਵੀ ਔਖਾ ਹੁੰਦਾ ਨਾ ਜਿਵੇਂ ਹੁਣ ਥੋੜੇ ਪੇਕੇ ਦੂਰ ਆ ਤਾਂ ਕਰਕੇ ਛੱਡ ਕੇ ਨਹੀਂ ਆ ਸਕਦੇ, ਹੋਣੇ ਨਹੀਂ ਬਹੁਤ ਜ਼ਿਆਦਾ ਬੜੀ ਦੂਰ ਆ, 2 ਦਿਨ ਲੱਗ ਜਾਂਦੇ ਆ, ਪਰ ਨਹੀਂ ਚਲੋ ਵਧੀਆ ਹੀ ਆ ਤੇਰਾ ਸਰ, ਨਹੀਂ ਚਲੋ ਇਹ ਵੀ ਹੈ ਨਾ, ਪਰ ਕੱਲਾ ਵੀ ਨਹੀਂ ਛੱਡਿਆ ਜਾਂਦਾਗਾ, ਇਹ ਤਾਂ ਬੜਾ ਨਾਲੇ ਤੂੰ ਕੇਅਰ ਵੱਧ ਕਰਦਾ ਹੈਗਾ ਵੀ ਯਾਰ, ਨਹੀਂ ਇਹ ਵੀ ਜਿਹੜਾ ਇਨਸਾਨ ਯਾਰ ਸਾਰਾ ਕੁਝ ਛੱਡ ਕੇ ਆ ਉਹਦੇ ਲਈ ਆਪ ਭੱਜੋ ਕੀ ਫਾਇਦਾ ਹਨਾ, ਤਾਂ ਚਲੋ ਬੰਦਾ ਕਦੇ ਘੁੰਮਣ ਘੁੰਮਣ ਗਿਆ ਪੇਕੇ ਪੁੱਕ ਗਿਆ ਫਿਰ ਬੰਦਾ ਭਾਬੀ ਆਉਂਦਾ, ਮੈਂ ਵੀ ਤਾਂ ਨਹੀਂ ਗਿਆ ਬਾਈ, ਉਹੀ ਗੱਲ ਮੈਂ ਵੀ ਇਹ ਨਹੀਂ ਹੈਗਾ, ਮੈਂ ਤਾਂ ਵੀ ਬਾਕੀ ਬਾਈ ਜਿਹਦੇ ਵਿਆਹ ਹੋਇਆ ਬੰਦਾ ਉਹੀ ਇਹ ਚੀਜ਼ਾਂ ਸਮਝ ਸਕਦਾ ਵਾ, ਮੈਨੂੰ ਪਤਾ ਵਾ, ਉਹ ਛੜੇ ਗਈ ਆਪਣੇ ਵੀਡੀਓ ਦੇਖਦੇ ਨੇ ਕਹਿਣਗੇ ਉਹ ਕਮੈਂਟ ਕਰਨਗੇ ਵੀਰੇ ਤੁਹਾਡਾ ਜੇ ਵਿਆਹ ਹੋਊਗਾ ਤੁਸੀਂ ਫੇਰ ਸਮਝੋਗੇ, ਆਏ ਹੋਈ ਸਮਝ ਸਕਦੇ ਆ ਬਾਈ, ਮੈਨੂੰ ਆਏ ਆ ਕਮੈਂਟ ਵੀਰੇ ਤੂੰ ਯਾਰ ਜਿਆਦਾ ਹਨਾ ਜਿਆਦਾ ਕਹਿੰਦੇ ਹੋ ਤੁਸੀਂ, ਜਿਆਦਾ ਕੇਅਰਿੰਗ ਕਰਦਾ ਜਿਆਦਾ ਧਿਆਨ ਰੱਖਦਾ ਇਦਾਂ ਇਦਾਂ ਵੀ ਤੁਸੀਂ ਜਿਆਦਾ ਡਰਦੇ ਜੀ, ਹਾਂ ਇਦਾਂ ਇਦਾਂ ਮੈਂ ਕਿਹਾ ਵੀਰੇ ਜਦੋਂ ਵਿਆਹ ਹੋਊਗਾ ਫੇਰ ਪਤਾ ਲੱਗੂਗਾ, ਇਹ ਗੱਲ ਕਰਿਓ ਸਾਡੇ ਜਦੋਂ ਵਿਆਹ ਵੀ ਹੋ ਗਿਆ ਉਦੋਂ ਦੇਖਾਂਗੇ ਤੁਹਾਡੀ ਕਿੱਥੇ ਜਾਂਦੀ ਹੈ, ਸਹੀ ਗੱਲ ਆ, ਇਹ ਡਰਨ ਵਾਲੀ ਵੀ ਗੱਲ ਨਹੀਂ, ਇਹ ਆਟੋਮੈਟਿਕ ਆਪ ਨੂੰ ਹੋ ਜਾਂਦਾ ਯਾਰ ਕਿਉਂ ਜਾਣਾ ਹਨਾ ਕੀ ਐਵੇਂ, ਤੇ ਚਲੋ ਹੁਣ ਆਪਾਂ ਮਾੜਾ ਮੋਟਾ ਘੁੰਮ ਕੇ ਆ ਗਏ ਸੀ, ਨਾਲੇ ਇਹ ਆਏ ਸੀਗੇ ਕੈਰੀ ਨੂੰ ਛੱਡ ਕੇ ਆਏ ਸੀਗੇ ਤੇ ਹੁਣ ਆਪਾਂ ਚੱਲੇ ਆ ਘਰੇ, ਬਸ ਘੰਟਾ ਡੇਢ ਘੰਟਾ ਜਿੰਮ ਜਾਵਾਂ ਬਾਬਾ ਯਾਰ ਬਾਲੀ ਨਾਲ ਸਿਹਤ ਨਹੀਂ ਬਰੇ ਜਾ, ਵਿਆਹ ਤੋਂ ਬਾਅਦ ਮੋਸਟਲੀ ਮੇਰੇ ਢਿੱਡ ਵਧਣ ਲੱਗ ਜਾਂਦਾ, ਢਿੱਡ ਹੋਈ ਟਾਈਪ ਦਾ ਹੋਇਆ ਪਿਆ ਵਾ, ਹੋ ਜਾਂਦਾ ਹੋਇਆ ਸਰੀਰ ਭਾਰ ਵਧੀ ਜਾਂਦਾ ਵਾ, ਸਰੀਰ ਘਟੀ ਜਾਂਦਾ ਜਿਵੇਂ ਡੋਲ ਡੋਲ, ਇਹ ਹੀ ਚੀਜ਼ ਹੁੰਦੀ ਹੁੰਦੀ ਆ, ਮੈਂ ਵੀ ਹੁਣ ਗੋਆ ਗਿਆ ਸੀਗਾ ਨਾਰਮਲੀ ਕੱਲਾ ਢਿੱਡ ਵੱਧ ਜਾਂਦਾ ਹੋਰ, ਹਾਂ ਉਹੀ ਚੀਜ਼ ਹੁੰਦੀ ਹੁੰਦੀ ਆ, ਢਿੱਡ ਵਧੀ ਜਾਂਦਾ ਜਿਹੜੇ ਆਹ ਡੋਲੇ ਸ਼ੋਲਡਰ ਸ਼ੂਲਡਰ ਲਟ ਉਹ ਘਟ ਗਏ ਆ, ਹੁਣ ਮੈਂ ਤਾਂ ਹੀ ਜਿਮ ਜਾਣ ਲੱਗਾ ਵਾਂ ਤੇ ਡੇਲੀ ਜਦੋਂ ਜਾ ਨਹੀਂ ਜਾਂਦਾ ਹਫ਼ਤੇ 4-5 ਦਿਨ ਤਾਂ ਜਿਮ ਜਾਂਦਾ ਹੀ ਆ, ਹੁਣ ਉਸਤਾਦ ਬਲੌਗ ਦੇਖਦਾ ਹੋਊਗਾ ਉਹਨੇ ਕਹਿਣਾ ਸਾਰਾ 5 ਦਿਨ ਵੀ ਨਹੀਂ ਜਾਂਦਾ ਤੂੰ ਤਾਂ, ਬਾਈ ਥੋੜ੍ਹਾ ਜਾਂਦਾ ਜਾਂਦਾ ਨਾ ਹਫ਼ਤੇ ਅੱਧਾ ਦਿਨ ਤਾਂ ਜਾਂਦਾ ਨਾ,
ਤੇ ਚਲੋ ਹੁਣ ਆਪਾਂ ਆ ਗਏ ਘਰੇ ਤੇ ਚੱਲਦੇ ਹਾਂ ਘਰੇ ਬਸ।